ਮੇਰਾ ਨਾਮ ਲਾਭ ਸਿੰਘ ਹੈ ਜੀ। ਹਾਂ ਲਾਭ ਸਿੰਘ ਤੁਹਾਡਾ ਕੀ ਉਹ ਜਿਹੜਾ ਜਿਸ ਕੀ ਮੋਤੇ ਉਹ ਕੀ ਲੱਗਦਾ ਤੁਹਾਡਾ? ਉਹ ਮੇਰਾ ਬ੍ਰਦਰ ਸੀ ਜੀ ਵੱਡਾ। ਹਾਂ ਕੀ ਨਾਮ ਸੀ? ਤਰਸੇਮ ਸਿੰਘ ਜੀ। ਹਾਂ ਕਿੰਨੀ ਉਮਰ ਹੈ ਇਹਦੀ? ਉਮਰ 50 ਕੁ ਲਵੇ ਲੱਗ ਰਹੀ ਸੀ। ਤੇ ਝਗੜਾ ਕਿਸ ਗੱਲ ਤੇ ਹੋਇਆ ਇਹਨਾਂ ਦਾ? ਝਗੜਾ ਪਹਿਲਾਂ ਹੋਇਆ ਤਾਂ ਜੀ ਉਸਕਾ ਹੱਥ ਪਹਿਲਾਂ ਉਹ ਕੁੱਟਿਆ ਮੇਰਾ ਭਾਈ, ਫਿਰ ਉਸਕਾ ਗਰਾਂ ਬੱਗੇ ਡਾਂਗ ਮਾਰਨ ਉਹਨੇ ਅੱਗੇ ਤੇ ਉਸਕਾ ਹੱਥ ਪੇ ਟੋਕਾ ਮਾਰਿਆ। ਉਸਕਾ ਉਹ ਕੇਸ ਚੱਲ ਰਿਹਾ ਜੀ ਪਹਿਲਾਂ ਜੇਲ੍ਹ 'ਚ। ਹਾਂ ਜ਼ਮਾਨਤ ਵੀ ਜ਼ਮਾਨਤ ਹੋ ਗਈ ਤੀ ਜੀ। ਜ਼ਮਾਨਤ ਤੋਂ ਬਾਅਦ ਬਸ ਉਸਨੇ ਠਾਣ ਰੱਖੀ ਤੀ ਵੀ ਜਿੱਦਣ ਮੇਰੇ ਅੜਿੱਕੇ ਚੜ੍ਹ ਗਿਆ ਮੈਂ ਮਾਰੂੰਗਾ ਇਸਨੂੰ। ਹੁਣ ਵੀ ਕਈ ਬੰਦਿਆਂ ਨੂੰ ਕਿਹਾ ਉਸਨੇ, ਮੇਰਾ ਹੱਥ ਠੀਕ ਹੋ ਗਿਆ ਕਹਵੇ ਹੁਣ ਝੱਟ ਦੇਖਾਂਗੇ। ਫਿਰ ਉਹ ਜਿਸ ਬੰਦੇ ਨੇ ਮਾਰਿਆ ਉਹ ਕੀ ਲੱਗਦਾ? ਜਸਵਿੰਦਰ ਸਿੰਘ ਹੈ ਜੀ ਮੇਰਾ ਭਤੀਜਾ ਜੀ। ਉਹ ਭਤੀਜੇ ਨੇ ਹਾਂਜੀ ਜਾਂ ਮੇਰਾ ਛੋਟਾ ਭਤੀਜਾ ਜੀ, ਇਸਕੇ ਗੁਲੂਕੋਸ ਕੀ ਬੋਤਲ ਲੱਗੀ ਤੀ ਢਿੱਲਾ ਜਿਹਾ ਹੋ ਰਿਹਾ ਤਾ। ਉਹ ਤਰਸੇਮ ਸਿੰਘ ਇਸਕੇ ਘਰਾਂ ਪਤਾ ਲੈਣ ਵੱਗ ਗਿਆ ਜੀ। ਉੱਠੇ ਬਾਅਦ ਜਸਵਿੰਦਰ ਸਿੰਘ ਨੇ ਇਸਨੂੰ ਕਿਹਾ ਬਲੂ ਬਾਰ ਖੋਲ੍ਹ ਕੇ, ਵਿਕਰਮ ਬਾਰ ਖੋਲ, ਇਹਨੇ ਬਾਰ ਖੋਲ੍ਹ ਦੀ ਜੀ। ਬਸ ਉਹਨੇ ਜਦੋਂ ਬਾਰ ਖੋਲ੍ਹਿਆ ਜੀ ਨਾਲ ਕੀ ਨਾਲ ਡਾਂਗਾਂ ਨਾਲ ਪਹਿਲਾਂ ਤੋਂ ਆਹ ਕੁੱਟਿਆ ਜੀ। ਨਾ ਨਾ ਹੋਇਆ ਮੇਰਾ ਭਤੀਜਾ ਖੜਿਆ ਤਾ ਨਾ। ਹਾਂਜੀ ਉਸਕੀ ਬਹੂ ਕਾ ਵੀ ਡਾਂਗ ਮਾਰੀ ਜੀ। ਉਹ ਵਿਚਾਰਾ ਇਹਨਾਂ ਨੂੰ ਲੱਗਿਆ ਛੜਾਂ, ਉਸਨੂੰ ਤਾਂ ਪਤਾ ਨਹੀਂ ਤਾ ਵੀ ਅੱਖ ਮੇਰੇ ਪੇ। ਉਸਨੂੰ ਤਾਂ ਜੀ ਮਾਰ ਮਾਰ ਕੇ ਡਾਂਗਾਂ ਬਸ ਉੱਠਣੇ ਨਹੀਂ ਦਿਆ, ਖਿੱਚ ਕੇ ਆਪਣੇ ਅੰਦਰ ਲੈ ਗਏ। ਅੰਦਰ ਲਿਜਾ ਕੇ ਫਿਰ ਉਸਕੇ ਸਿਰ ਸੁਰ ਮੈਂ ਪਤਾ ਨਹੀਂ ਕੀ ਮਾਰਿਆ ਕੀ ਨਾ ਮਾਰਿਆ ਜੀ। ਮਰ ਗਿਆ ਹਸਪਤਾਲ ਮੈਂ ਕਿਹਾ ਮਰਿਆ ਜੀ। ਉੱਠੇ ਬੋਲਿਆ ਤਾਂ ਉਹਨੇ ਕਿਹਾ ਕਿ ਮੈਂ ਮੇਰਾ ਦੁੱਖ ਨਾ ਡਾਂਗਾਂ ਮਾਰ ਗਏ। ਪੁਰਾਣੀ ਹੈਗੀ ਜਿਵੇਂ ਦੱਸਿਆ ਸਹੀ ਗੱਲ ਇਹ ਤੇ ਪਹਿਲਾਂ ਵੀ ਐਂ ਮਤਲਬ ਆਪ ਚ ਬਸ ਚਾਚੇ ਪਤੀ ਜੀ ਲੜ ਪਏ ਕਿਤੇ ਕਿਸੇ ਗੱਲ ਤੋਂ। ਉਹ ਤਾਂ ਕਿਹੜਾ ਬੱਟਾਂ ਦੇ ਰੌਲੇ ਮੈਸੇਜ ਤੂੰ ਤੂੰ ਮੈਂ ਹੋ ਕਿਤੇ ਕੰਮ ਕੀ ਕਰਦੇ? ਕੰਮ ਤਾਂ ਇਹੀ ਦਿਹਾੜੀ ਧੂੜੀ ਕਰਦੇ ਨੇ। ਉਹ ਡਰਾਈਵਰ ਹੈ ਮੁੰਡਾ ਜਿਹੜਾ ਨੇ ਮਾਰਿਆ, ਮਤਲਬ ਡਰਾਈਵਰੀ ਕਰਦਾ ਮਾਰਿਆ। ਹਾਂ ਇਹ ਤਾਂ ਇਹਦਾ ਤਾਂ ਵਿਆਹ ਵੂ ਵੀ ਨਹੀਂ ਫੜ ਲਿਆ ਪੁਲਿਸ ਨੇ ਕਿ ਨਹੀਂ? ਉਸ ਤਰ੍ਹਾਂ ਨਹੀਂ ਫੜਿਆ ਜੀ, ਭੱਜ ਗਿਆ। ਹਾਂ ਰਾਤ ਕਈ ਫਰਾਰ ਹੋ ਗਿਆ, ਰਾਤ ਕਈ ਫਰਾਰ ਹੋ ਗਈ ਨੂੰ। ਕਿੰਨੇ ਕਿੰਨੇ ਵਜੇ ਘਟਨਾ ਰਾਤ ਦੀ? ਯਾ ਨਾ ਜੀ ਸ਼ਾਮ ਨੂੰ 7:30 ਦਾ ਟਾਈਮ ਤਾਂ ਜਦੋਂ ਇਹ ਝਗੜਾ ਹੋਇਆ ਇਹਨਾਂ ਕਾ। ਉਸ ਤੋਂ ਬਾਅਦ ਉਸਕੀ ਜਿਹੜੀ ਹਸਪਤਾਲ ਲੈ ਕੇ ਆਏ ਹਾਂ ਜੀ, ਜਾਂ ਮੇਰਾ ਤਾਇਆ ਕਾ ਮੁੰਡਾ ਜੀ ਅੜੂ ਅੱਛਾ ਬੱਲੂ ਦਾ ਜੀ, ਇਹਨੇ ਫਿਰ ਉਹਨਾਂ ਮੁੰਡਾ ਜਦੋਂ ਡਰਦੇ ਭੱਜ ਗਏ ਦੋਏ ਜੀ, ਜਦੋਂ ਇਹਨਾਂ ਨੇ ਸੱਟਾਂ ਮਾਰੀਆਂ ਜੀ ਤਾਂ ਭੱਜ ਗਏ। ਉਹ ਉਹਨਾਂ ਨੇ ਅੰਦਰ ਖਿੱਚ ਕੇ ਮਤਲਬ ਉਹ ਖਤਮ ਕਰ ਦੀਆਂ। ਤੇਰਾ ਕੀ ਨਾਮ? ਵਿਕਰਮ ਸਿੰਘ ਜੀ। ਵਿਕਰਮ ਕੀ ਗੱਲ ਹੋਈ ਸਹੀ ਜੀ? ਗੱਲ ਤਾਂ ਅਸੀਂ ਤੁਹਾਡੇ ਘਰ ਬੈਠੇ ਸੀ। ਹਾਂਜੀ ਮੇਰੇ ਘਰੇ ਬੈਠੇ ਸੀ। ਮੈਂ ਬੋਤਲ ਲੱਗ ਰਹੀ ਸੀ ਮੇਰੇ ਗੁਲੂਕੋਸ ਦੀ। ਤੇਰਾ ਕੀ ਲੱਗਦਾ ਉਹ? ਮੇਰਾ ਵੱਡਾ ਭਾਈ ਹੈ ਜੀ ਜਿਸਕੀ ਡੈਥ ਹੋ ਜੀ? ਨਹੀਂ ਉਹ ਮੇਰਾ ਚਾਚਾ ਜੀ। ਚਾਚਾ ਹਾਂਜੀ ਤੁਹਾਡੇ ਘਰ ਬੈਠੇ ਸੀ ਚਾਚਾ? ਹਾਂਜੀ। ਹਾਂ ਫਿਰ ਉਹ ਦੂਜੇ ਭਾਈ ਨੇ ਕੀ ਕਰਿਆ? ਉਦੋਂ ਮੇਰੇ ਭਾਈ ਨੇ ਬਾਅਦ 'ਚ ਆ ਕੇ ਉਹ ਮੇਰੇ ਕੋਲ ਬੈਠਾ ਸੀ, ਉਹਨੇ ਆ ਕੇ ਬਾਰ ਖਿਲਾਇਆ ਮੇਰੇ ਕੋਲੋਂ, ਕਹਿੰਦਾ ਮੈਨੂੰ ਬਾਰ ਖੋਲ ਆ। ਮੈਂ ਬਾਰ ਖੋਲਤਾ ਜੀ, ਉਹ ਪਹਿਲੇ ਡਾਂਗ ਲੈ ਕੇ ਤਿਆਰ ਖੜਿਆ ਸੀ, ਉਹਨੇ ਮੇਰੇ ਸਿਰ 'ਚ ਮਾਰੀ ਇੱਥੇ। ਪਹਿਲੇ ਤੇਰੇ ਮਾਰੀ? ਹਾਂਜੀ ਮੇਰੇ ਸਿਰ 'ਚ ਮਾਰਨ ਤੋਂ ਬਾਅਦ ਜਦ ਮੈਂ ਡਿੱਗਿਆ ਜੀ, ਉਸ ਤੋਂ ਬਾਅਦ ਮੇਰੇ ਚਾਚੇ ਨੂੰ ਫੜ ਕੇ ਤਿੰਨਾਂ ਨੇ ਅੰਦਰ ਖਿੱਚ ਕੇ ਲੈ ਗਏ ਜੀ। ਠੀਕ ਹੈ। ਫਿਰ ਕੀ ਮਾਰਿਆ ਉਹਦੇ? ਉਹਦੇ ਅੰਦਰ ਅੰਦਰ ਦਾ ਨਹੀਂ ਪਤਾ ਜੀ ਕੀ ਕੁਛ ਮਾਰਿਆ ਜੀ ਉਹਦੇ। ਫਿਰ ਉਹ ਜ਼ਖਮੀ ਹੋ ਗਿਆ? ਹਾਂਜੀ। ਹਸਪਤਾਲ ਲੈ ਕੇ ਆਏ ਤੇ? ਹਾਂਜੀ। ਤੇ ਮੌਤ ਕਿੱਥੇ ਜਾ ਕੇ? ਹਸਪਤਾਲ ਜਾ ਕੇ ਹੋਈ? ਹਸਪੀਟਲ 'ਚ ਹੋਈ। ਕਿੰਨੇ ਘੰਟੇ ਬਾਅਦ ਹੋਈ? ਉਹ ਤਕਰੀਬਨ 10-20 ਮਿੰਟਾਂ 'ਚ ਹੋ ਗਈ ਤੀ ਜੀ ਹਸਪਤਾਲ। 8:00 ਵਜੇ ਮਤਲਬ? 8:30-8 ਵਜੇ ਮਤਲਬ 7 ਵਜੇ ਲੜਾਈ ਹੋਈ ਤੁਸੀਂ ਦੱਸ ਰਹੇ ਹੋ? ਹਾਂਜੀ ਹਾਂਜੀ। ਤੇ ਉਹਦੇ ਬਾਅਦ ਹਸਪਤਾਲ ਆ ਗਏ? ਹਾਂਜੀ। ਤੇ ਇੱਥੇ ਕਿੰਨੇ ਵਜੇ ਲਿਆ ਸਮਾਂ ਰੱਖੇ ਗਏ? ਇਹ ਕੱਲ੍ਹ ਰੱਖ ਕੇ ਗਏ। ਕਿੰਨੇ ਵਜੇ ਆਏ ਚਾਚਾ ਜੀ? 2 ਵਜੇ 11 ਵਜੇ ਆ ਗਏ। ਪੁਲਿਸ ਰਾਤ ਨੂੰ ਆ ਗਈ ਸੀ ਪਿੰਡ? ਹਾਂਜੀ ਪੁਲਿਸ ਨੇ ਬਹੁਤ ਮਦਦ ਕੀਤੀ।